ਧੂਰੀ ਦੇ ਵਿੱਚ ਵੀ ਕੱਲ ਪਰਸੋਂ ਦੀ ਖਬਰ ਆਈ ਹੈ ਕਿ 5 ਸਾਲ ਦੀ ਬੱਚੀ ਨਾਲ ਜਿਹੜਾ ਰੇਪ ਹੋਇਆ, ਇਹ ਬਹੁਤ ਹੀ ਸ਼ਰਮਨਾਕ ਅਤੇ ਬਹੁਤ ਹੀ ਘਿਨੌਣਾ, ਕਿਉਂਕਿ ਸਰਕਾਰਾਂ ਨੂੰ ਇਹ ਚੀਜ਼ਾਂ ਨਹੀਂ ਦਿਖਦੀਆਂ। ਸਾਡੀਆਂ ਵੀ ਧੀਆਂ ਭੈਣਾਂ, ਸਾਡੇ ਬੱਚੇ ਹੈਗੇ ਨੇ, ਅਸੀਂ ਕਿਸ ਵਜ੍ਹਾ ਕਰਕੇ ਅਸੀਂ ਸੋਚਿਆ ਜਾਵੇ ਜੇ ਇੰਨਾ ਕਲਯੁੱਗ ਆ ਗਿਆ ਹੈ, ਸਰਕਾਰਾਂ ਨੂੰ ਦੇਖ ਨਹੀਂ ਰਿਹਾ, ਪੁਲਿਸ ਪ੍ਰਸ਼ਾਸਨ ਨੂੰ ਦੇਖ ਨਹੀਂ ਰਿਹਾ, ਇੱਕ ਛੋਟੀ ਜਿਹੀ ਬੱਚੀ ਨਾਲ ਇਹ ਰੇਪ ਹੋਣਾ, ਇਹ ਪਤਾ ਨਹੀਂ ਕਿੰਨੇ ਮਾਮਲੇ ਸਾਹਮਣੇ ਆ ਰਹੇ ਨੇ, ਕਿਉਂਕਿ ਸਾਡੀ ਧੀਆਂ ਭੈਣਾਂ ਇਸ ਮਾਮਲੇ 'ਚ ਸੇਫ ਤਾਂ ਹੈ ਨਹੀਂ। ਦੇਖਿਆ ਜਾਵੇ ਤਾਂ ਸਰਕਾਰਾਂ ਹਾਲੇ ਤੱਕ ਸੁੱਤੀਆਂ ਪਈਆਂ ਨੇ, ਕੋਈ ਐਕਸ਼ਨ ਨਹੀਂ ਲੈ ਰਿਹਾ, ਇੱਦਾਂ ਦੇ ਬੰਦਿਆਂ ਨੂੰ ਫਾਂਸੀ ਨਹੀਂ, ਪਬਲਿਕ ਦੇ ਹਵਾਲੇ ਕਰਕੇ ਮੌਤ ਦੀ ਸਜ਼ਾ ਦੇਣੀ ਚਾਹੀਦੀ ਹੈ, ਕਿਉਂਕਿ ਪਬਲਿਕ ਹਵਾਲੇ ਕਰਦੇ ਨੇ, ਕਾਰਵਾਈ ਨਾ ਕੀਤੀ ਗਈ, ਕਿਉਂਕਿ 5 ਸਾਲ ਦੀ ਬੱਚੀ ਦੇ ਕਿੰਨੇ ਕੇਸ ਸਾਹਮਣੇ, ਪਹਿਲੇ ਦਿੱਲੀ ਵਿੱਚ ਹੁੰਦਾ ਸੀ, ਹੁਣ ਇਹ ਪੰਜਾਬ ਵਿੱਚ ਵੀ ਹੋਣ ਲੱਗ ਪਿਆ। ਰਿਕੁਐਸਟ ਆ ਕਿ ਇਹ ਜੇ ਕੰਮ ਨਾ ਹੋਇਆ ਤਾਂ ਯੂਥ ਦਾ ਫਿਰ ਤੁਹਾਨੂੰ ਪਤਾ ਕਿ ਬਹੁਤ ਹੀ ਖਤਰਨਾਕ ਰੂਪ ਧਾਰਨ ਹੋਇਆ, ਕਿਉਂਕਿ ਇੱਥੇ ਫਿਰ ਕਈ ਰੁਪਿੰਦਰ ਗਾਂਧੀ ਪੈਦਾ ਹੋਣਗੇ। ਰੁਪਿੰਦਰ ਗਾਂਧੀ ਕੋਈ ਗੈਂਗਸਟਰ ਨਹੀਂ ਸੀਗਾ, ਇਸ ਕਰਕੇ ਉਹ ਧੀਆਂ ਭੈਣਾਂ ਦੀ ਰਾਖੀ ਕਰਦਾ ਸੀ, ਉਹ ਤੋਂ ਡਰਦੇ ਸੀਗੇ, ਫਿਰ ਕਈ ਰੁਪਿੰਦਰ ਗਾਂਧੀ ਪੈਦਾ ਹੋਣਗੇ ਇਸ ਯੂਥ ਦੇ ਰੂਪ। ਸਰ, ਇਹ ਕਹਿਣਾ ਚਾਹਾਂਗੇ ਕਿਉਂਕਿ ਉਸ ਮੁੰਡੇ ਨਾਲ ਬਹੁਤ ਹੀ ਜਾਤੀ ਹੋਈ ਹੈ, ਕਿਉਂਕਿ ਤੁਹਾਨੂੰ ਪਤਾ ਪੁਲਿਸ ਕਸਟਡੀ ਦੇ ਵਿੱਚ ਮੌਤ ਹੋਣੀ, ਇਹ ਤਾਂ ਪੁਲਿਸ ਵਾਲੇ ਦੀ, ਇੱਕ ਪੁਲਿਸ ਵਾਲੇ ਦੇ ਵੱਲੋਂ ਆਤਮ ਹੱਤਿਆ ਕਰਨੀ, ਇਹ ਤਾਂ ਸਾਫ਼ ਦਰਸਾਉਂਦਾ ਹੈ ਕਿ ਹਾਂ ਪੁਲਿਸ ਦੀ ਇਹ ਲਾਪਰਵਾਹੀ ਕਰਕੇ ਹੈ, ਨਾ ਹੀ ਉਹ ਲਾਸ਼ ਦੇ ਰਹੀ ਹੈ। ਉਹ ਮਾਂ ਅੱਜ ਕਿੰਨੇ ਦਿਨਾਂ ਤੋਂ ਇੱਕ ਲਾਸ਼ ਲਈ ਗਿੜਗਿੜਾ ਰਹੀ ਹੈ, ਉਹਦਾ ਨਾਨਾ ਆਪਣੇ ਆਪ ਨੂੰ ਅੱਗ ਲਾਉਣ 'ਤੇ ਮਜਬੂਰ ਹੋ ਗਿਆ ਸੀਗਾ। ਇਸ ਕਰਕੇ ਅਸੀਂ ਸਾਰਾ ਯੂਥ ਉਸ ਮੁੰਡੇ ਦੇ, ਉਸ ਮਾਂ ਪਿਓ ਦੇ, ਉਹਨਾਂ ਦੇ ਲਈ ਆਪਣੇ ਦਿਲ 'ਚ ਦਰਦ ਪ੍ਰਗਟ ਕਰਕੇ ਉਹਨਾਂ ਲਈ ਆ ਸਾਰਾ ਯੂਥ ਇਕੱਠਾ ਹੋਇਆ। ਮੰਗ ਇਹੀ ਕਰਦੇ ਹਾਂ ਕਿ ਸਰਕਾਰ ਨੂੰ, ਕਿ ਵੋਟਾਂ ਲੈਣ ਵੇਲੇ ਤਾਂ ਸਾਰੇ ਆਪਣੇ ਭਾਸ਼ਣ ਕਰਦੇ ਸੀ ਕਿ ਅਸੀਂ ਇਹ ਕਰ ਦੇਵਾਂਗੇ, ਅੱਜ ਇੱਕ ਮਾਂ ਨੂੰ ਇੱਕ ਪੁੱਤ ਦੀ ਲਾਸ਼ ਚਾਹੀਦੀ ਹੈ। ਮੈਂ ਇਹੀ ਦੁਆ ਕਰਦਾ ਹਾਂ ਕਿ ਇਹੀ ਅਰਜ਼ ਕਰਦਾ ਸਰਕਾਰਾਂ ਅੱਗੇ, ਕਿ ਸ਼ਾਇਦ ਕੈਪਟਨ ਸਾਹਿਬ ਦੀ ਵੀ ਅੱਖ ਹਲੇ ਖੁੱਲ੍ਹੀ ਨਹੀਂ ਆ, ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਪਲੀਜ਼ ਰਿਕੁਐਸਟ ਆ ਉਸ ਮਾਂ ਦੀ ਆਵਾਜ਼ ਸੁਣੀ ਜਾਵੇ, ਕਿਉਂਕਿ ਕੋਈ ਪੋਲੀਟੀਸ਼ੀਅਨ ਹਲੇ ਅੱਗੇ ਆਇਆ ਨਹੀਂ ਇਸ ਕੰਮ ਦੇ ਵਿੱਚ। ਇਸ ਕਰਕੇ ਆ ਯੂਥ ਪਤਾ ਕੀ ਚੀਜ਼ ਆ, ਯੂਥ ਇਹ ਚੀਜ਼ ਆ ਜੇ ਸਰਕਾਰ ਬਦਲਣ 'ਤੇ ਆ ਜਾਵੇ ਨਾ, ਮਿੰਟ ਲੱਗਦਾ, ਇਹ ਯੂਥ ਜੇ ਇਕੱਠਾ ਹੋ ਗਿਆ ਨਾ, ਇਹ ਤਾਂ ਹਲੇ ਝਲਕ ਆ ਮੱਲੇ ਮੱਲੇ, ਗਲੀ ਗਲੀ ਅਤੇ ਰੋਡ ਰੋਡ ਅਤੇ ਸ਼ਹਿਰ ਸ਼ਹਿਰ, ਪੂਰਾ ਪੰਜਾਬ ਕਿਸ ਟਾਈਮ ਜਾਮ ਕਰ ਦੇਵਾਂਗੇ ਜੇ ਜਸਪਾਲ ਨੂੰ ਇਨਸਾਫ ਨਾ ਮਿਲੇ।